ਕਰੋਨਾ ਲਹਿਰ ਦੇ ਵਿੱਚ ਆਕਸੀਜਨ ਦੀ ਕਮੀ ਨਾ ਆਵੇ, ਆਕਸੀਜਨ ਸਿਲੰਡਰਾਂ ਦੀ ਕਮੀ ਨਾ ਆਵੇ, ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ 5 ਜਨਵਰੀ 2021 ਨੂੰ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਵਿੱਚੋਂ ਦੇਸ਼ ਭਰ ਦੇ ਵਿੱਚ 162 ਆਕਸੀਜਨ ਪਲਾਂਟ ਲਾਉਣ ਲਈ 201.58 ਕਰੋੜ ਰੁਪਈਆ ਜਾਰੀ ਕਰ ਦਿੱਤਾ ਸੀ ਅਤੇ ਪੰਜਾਬ ਲਈ 3 ਆਕਸੀਜਨ ਪਲਾਂਟ ਲਾਉਣ ਦੇ ਲਈ ਉਹਨਾਂ ਨੂੰ ਮਨਜ਼ੂਰੀ ਦਿੱਤੀ, ਪੈਸਾ ਭੇਜਿਆ। ਲੇਕਿਨ ਪੰਜਾਬ ਸਰਕਾਰ ਨੇ ਉਹਨਾਂ ਆਕਸੀਜਨ ਪਲਾਂਟਸ ਨੂੰ ਨਾ ਲਾ ਕੇ ਦੇਸ਼ ਦੀ ਪੰਜਾਬ ਦੀ ਜਨਤਾ ਨਾਲ ਬਹੁਤ ਵੱਡਾ ਧੱਕਾ ਕੀਤਾ ਅਤੇ ਧੋਖਾ ਕੀਤਾ। ਜਨਤਾ ਇਹ ਸਵਾਲ ਕਰਦੀ ਹੈ, ਜਿਹੜੇ ਲੋਕ ਅੱਜ ਆਕਸੀਜਨ ਨਾ ਮਿਲਣ ਕਰਕੇ ਕਰੋਨਾ ਦੇ ਪੇਸ਼ੈਂਟ ਆਪਣੀ ਜਾਨ ਗੁਆ ਚੁੱਕੇ ਨੇ, ਉਹਨਾਂ ਦੇ ਰਿਸ਼ਤੇਦਾਰ ਇਹ ਸਵਾਲ ਪੁੱਛਦੇ ਨੇ ਕਿ ਉਹ ਆਕਸੀਜਨ ਦੇ ਪਲਾਂਟ ਕਿੱਥੇ ਗਏ, ਪੈਸਾ ਕਿੱਥੇ ਗਿਆ, ਉਹ ਪਲਾਂਟ ਕਿਉਂ ਨਹੀਂ ਲੱਗੇ। ਪੰਜਾਬ ਸਰਕਾਰ ਨੂੰ ਇਹ ਚਾਹੀਦਾ ਇਹ ਜਵਾਬ ਜਨਤਾ ਨੂੰ ਦੇਵੇ ਕਿ ਉਹ ਆਕਸੀਜਨ ਪਲਾਂਟ ਕਿਉਂ ਨਹੀਂ ਲਗਾਏ, ਪੈਸਾ ਕਿੱਥੇ ਗਿਆ। ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨਾਲ ਖੜੀ ਹੈ ਅਤੇ ਇੱਕ ਵਾਰੀ ਫਿਰ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਇਹ ਸਵਾਲ ਕਰਦੀ ਹੈ ਕਿ ਉਹ ਪੈਸਾ ਅਤੇ ਪਲਾਂਟ ਕਿੱਥੇ ਨੇ। ਇਹ ਜਵਾਬ ਜਨਤਾ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ।